कुछ सियासी पार्टियां दे आगुआं नूं वख-वख थावां दे उत्ते लोकां ने घेरा भी पाया ते घेरा ओह इस करके पाया भी कहिंदे कुछ होर आ ते करदे कुछ होर आ। वख-वख थावां दे उत्ते जा के राजनीतिक लोक इक्को गल कहिंदे आ, असीं तुहाडे लई आह कर दित्ता, असीं तुहाडे लई हड़ पीड़ितां वास्ते राहत राशि लै के आए हाँ, असीं राहत पैकेज लै के आए हाँ, पर इदां दीआं गल्लां विच नज़र आउंदीआं नहीं, प्रैक्टिकल तौर दे उत्ते नज़र नहीं आउंदीआं। सो बाकी कुदरत दे वरतारे दा कुछ कह नहीं सकदे। हुण तक लगभग 3 दर्जन लोकां दी इन्हां हड़ां दे करके, पंजाब दे विच आए हड़ां दे करके मौत हो चुकी है। किसी थां दे उत्ते छत डिगी, किसी थां दे उत्ते कंध डिगी, किसी थां दे उत्ते दरख्त दे थले कोई आया, किसी थां दे उत्ते कोई बीमारी दे नाल मौत दी बुक्कल दे विच चला गया, किसी थां दे उत्ते कोई ਡੁੱਬਣ ਦੇ ਕਰਕੇ ਮੌਤ ਦੀ ਬੁੱਕਲ 'ਚ ਗਿਆ। ਸੋ ਵੱਖ ਵੱਖ ਕਾਰਨਾਂ ਦੇ ਕਰਕੇ ਹੁਣ ਤੱਕ 3 ਦਰਜਨ ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ ਅਤੇ 3 ਲੋਕ ਆ ਜਿਹੜੇ ਉਹ ਹਾਲੇ ਤੱਕ ਲੱਭੇ ਨਹੀਂ, ਜਿਹੜੇ ਕਿ ਪਾਣੀ ਦੇ ਵਿੱਚ ਰੁੜ ਗਏ ਆ। ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਸੰਕਟ ਆ, ਸੰਕਟ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਹੋ ਰਹੀ ਆ, ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਬਣੂੰਗਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਇੱਕ ਮੈਂ ਗੱਲ ਜ਼ਰੂਰ ਸਭ ਦੇ ਧਿਆਨ ਦੇ ਵਿੱਚ, ਦੇਸ਼ ਦੁਨੀਆ ਦੇ ਵਿੱਚ ਵਸਦੇ ਜਿਹੜੇ ਪੰਜਾਬੀ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਵਖਰੇਵੇਂ ਹੋ ਸਕਦੇ ਆ, ਧਾਰਮਿਕ ਨਾਵਾਂ ਦੇ ਉੱਤੇ, ਧਾਰਮਿਕ ਮਸਲਿਆਂ ਦੇ ਉੱਤੇ ਝੇੜੇ ਹੋ ਸਕਦੇ ਆ। ਅਸੀਂ ਰਾਜਨੀਤਿਕ ਰੰਗਣ ਦੇ ਵਿੱਚ ਰੰਗੇ ਹੋਣ ਕਰਕੇ ਪਰਚੋ ਪਰਚੀ ਵੀ ਹੁੰਦੇ ਰਹੇ ਹਾਂ, ਪਰ ਜੋ ਵੱਖ ਵੱਖ ਥਾਵਾਂ ਤੋਂ ਭੈਣਾਂ ਵੀਰਾਂ ਦੇ ਵੱਲੋਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ, ਸੱਚੀ ਮੁੱਚੀ ਸਲਾਮ ਕਰਨ ਨੂੰ ਚਿੱਤ ਕਰਦਾ ਵੀ ਯਾਰ ਔਖੇ ਵੇਲੇ ਦੇ ਵਿੱਚ ਅਸੀਂ ਆਪਦੇ ਭੈਣਾਂ ਵੀਰਾਂ ਦੀ ਬਾਂਹ ਕਿਵੇਂ ਫੜਦੇ ਹਾਂ। ਮੇਰੇ ਬਹੁਤ ਸਾਰੇ ਦੋਸਤ ਨੇ ਜਿਹੜੇ ਕਿ ਸ਼ੁਦਰਾਣਾ ਖੇਤਰ ਦੇ ਵੱਲੋਂ, ਕੋਈ ਕਿਸੇ ਪਿੰਡ ਦੇ ਵੱਲੋਂ, ਕਿਸੇ ਪਿੰਡ ਦੇ ਵੱਲੋਂ, ਉਹਨਾਂ ਨੇ ਕਿਹਾ ਬਾਈ ਜੀ ਸਾਡੇ ਪਿੰਡ ਦੇ ਵਿੱਚ ਲੰਗਰ ਹੀ ਇੰਨਾ ਆ ਗਿਆ ਵੀ ਇਹ ਮੁੱਕ ਹੀ ਨਹੀਂ ਸਕਦਾ, ਸਾਡੇ ਪਿੰਡ ਦੇ ਵਿੱਚ ਪਸ਼ੂਆਂ ਦਾ ਚਾਰਾ ਹੀ ਇੰਨਾ ਆ ਗਿਆ ਵੀ ਯਾਰ ਇਹ ਮੁੱਕ ਹੀ ਨਹੀਂ ਸਕਦਾ, ਸਾਡੇ ਪਿੰਡ ਦੇ ਵਿੱਚ ਤੂੜੀ ਇੰਨੀ ਆ ਰਹੀ ਆ ਵੀ ਯਾਰ ਇਹ ਮੁੱਕ ਹੀ ਨਹੀਂ ਸਕਦੀ। ਇਹ ਲੰਗਰ ਲਾਉਣ ਵਾਲੇ ਪੰਜਾਬੀ ਆ ਜਿਹੜੇ, ਉਹਨਾਂ ਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਆ। ਅਸੀਂ ਵੀ ਹਮੇਸ਼ਾ ਇਸ ਗੱਲ ਦੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਭਾਈ ਜਿੰਨੇ ਮਰਜ਼ੀ ਝੇੜੇ ਹੋਣ ਪਰ ਔਖੇ ਵੇਲੇ ਦਾ ਪਤਾ ਕੋਈ ਨਹੀਂ ਹੁੰਦਾ, ਮੇਰੇ 'ਤੇ ਕਦੋਂ ਆ ਜਾਏ, ਤੁਹਾਡੇ 'ਤੇ ਕਦੋਂ ਆ ਜਾਏ, ਸਾਡੇ ਸਭ ਦੇ ਉੱਤੇ ਕਦੋਂ ਆ ਜਾਏ। ਸੋ ਇਸ ਤਰੀਕੇ ਦੇ ਨਾਲ ਪੰਜਾਬੀ ਪੰਜਾਬੀਆਂ ਦੀ ਬਾਂਹ ਫੜਦੇ ਰਹਿਣ, ਇਕੱਲੇ ਰਾਜਨੀਤਿਕ ਲੋਕਾਂ ਦੇ ਉੱਤੇ ਅਸੀਂ ਨਿਰਭਰ ਨਾ ਰਹੀਏ। ਉਹ ਕੋਈ ਵੀ ਪਾਰਟੀ ਹੋਵੇ, ਮੈਂ ਨਹੀਂ ਕਹਿੰਦਾ ਆਪ ਦੇ ਉੱਤੇ ਨਿਰਭਰ ਨਾ ਹੋਵੋ, ਅਕਾਲੀ ਦਲ 'ਤੇ ਨਾ ਹੋਵੋ, ਕਾਂਗਰਸ ਦੇ ਉੱਤੇ ਨਾ ਹੋਵੋ, ਕਿਉਂਕਿ ਉਹ ਪਤਾ ਨਹੀਂ ਕਿਹੜੀ ਸੋਚ ਤਹਿਤ ਆਉਣਗੇ ਜਾਂ ਆਉਂਦੇ ਹੋਣ, ਪਰ ਜਿਹੜਾ ਗੁਆਂਢੀ ਆ, ਜਿਹੜਾ ਪਿੰਡ ਆ, ਜਿਹੜਾ ਕਸਬਾ, ਜਿਹੜੀ ਪੱਤੀ ਆ, ਜਿਹੜਾ ਨਗਰ ਆ, ਖੇੜਾ, ਇਹਦੇ ਵਿੱਚ ਜਿਹੜੇ ਵਸਦੇ ਸਾਰੇ ਪੰਜਾਬੀ ਭੈਣਾਂ ਵੀਰ ਆ, ਉਹ ਅਸੀਂ ਇੱਕ ਦੂਜੇ ਦੇ ਪਰਿਵਾਰ ਦੇ ਜੀ ਹਾਂ। ਜਿਹੜੀ ਪਹਿਲੀ ਇੱਕ ਮਹੱਤਵਪੂਰਨ ਖਬਰ ਹੋਰ ਮਿਲੀ ਹੈ ਉਹ ਇਹ ਹੈ ਜੀ ਕਿ ਜੋ ਪੰਜਾਬ ਦੇ ਰਾਜਪਾਲ ਸਾਹਿਬ ਨੇ ਉਹਨਾਂ ਦੇ ਵੱਲੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਲਿਖੀ ਗਈ ਚਿੱਠੀ ਦਾ ਉੱਤਰ ਦਿੱਤਾ ਗਿਆ। ਭਗਵੰਤ ਮਾਨ ਨੇ ਚਿੱਠੀ ਇਹ ਲਿਖੀ ਸੀ ਕਿ ਜੋ ਅਸੀਂ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਰਚਾਇਆ ਸੀ ਜਿਹਦੇ ਵਿੱਚ ਅਸੀਂ 4 ਮਹੱਤਵਪੂਰਨ ਬਿੱਲ ਪਾਸ ਕੀਤੇ, ਉਹਨਾਂ ਦੇ ਵਿੱਚੋਂ ਕੁਝ ਬਿੱਲਾਂ ਦੇ ਉੱਤੇ ਦਸਤਖਤ ਕਰਨ ਦੇ ਲਈ ਰਾਜਪਾਲ ਸਾਹਿਬ ਨੂੰ ਕਿਹਾ ਗਿਆ ਸੀ, ਪਰ ਰਾਜਪਾਲ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜਾ ਇਹ ਤੁਸੀਂ ਸੈਸ਼ਨ ਬੁਲਾਇਆ ਇਹ ਤਾਂ ਗੈਰ ਸੰਵਿਧਾਨਕ ਹੈ, ਇਹ ਸੰਵਿਧਾਨਕ ਹੈ ਹੀ ਨਹੀਂ, ਅਤੇ ਜੇਕਰ ਇਹ ਗੈਰ ਸੰਵਿਧਾਨਕ ਹੈ ਤਾਂ ਫਿਰ ਬਿੱਲਾਂ ਦੇ ਉੱਤੇ ਦਸਤਖਤ ਕਰਨ ਦੀ ਤੋਕੀ ਬਣਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ, ਉਹ ਕਹਿੰਦੇ ਜੀ ਕਿ ਦੇਖੋ ਅਸੀਂ ਇਸ ਮਾਮਲੇ ਦੇ ਉੱਤੇ ਦੇਸ਼ ਦੇ ਅਟਾਰਨੀ ਜਨਰਲ ਦੀ ਸਲਾਹ ਲਵਾਂਗੇ, ਉਸ ਤੋਂ ਬਾਅਦ ਕੋਈ ਗੱਲ ਕਰਾਂਗੇ, ਇਹਨਾਂ ਬਿੱਲਾਂ ਦੇ ਉੱਤੇ ਫੈਸਲਾ ਕਰਾਂਗੇ। ਯਾਨੀ ਕਿ ਰਾਜਪਾਲ ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਰਮਿਆਨ ਜੋ ਸ਼ਬਦਕ ਜੰਗ ਚੱਲਦੀ ਆ, ਜੋ ਰੇੜਕਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ, ਜਿਵੇਂ ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਦੀ ਗੱਲ ਜਾ ਰਹੀ ਹੈ, ਉਹਦਾ ਅਸਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਸ ਹੋਏ ਬਿੱਲਾਂ ਦੇ ਉੱਤੇ ਵੀ ਪੈ ਗਿਆ। ਆਪਾਂ ਜਾਣਦੇ ਹਾਂ ਇਸ ਤੋਂ ਪਹਿਲਾਂ ਰਾਜਪਾਲ ਸਾਹਿਬ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ, ਉਦੋਂ ਆਪ ਦੇ ਕੁਝ ਨੇਤਾਵਾਂ ਨੇ ਸਵਾਲ ਚੁੱਕੇ ਵੀ ਆਪਾਂ ਕੌਣ ਜਿਹੜੇ ਇੱਧਰ ਆਏ ਹਾਂ। ਫਿਰ ਸਵਾਲ ਇਹ ਕੀਤੇ ਗਏ ਜੀ ਕਿ ਆਪਾਂ ਤਾਂ ਭੇਜੇ ਗਏ ਹਾਂ, ਥੋਪੇ ਗਏ ਹਾਂ, ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਉੱਤੇ ਤੁਸੀਂ ਕਿਸ ਤਰੀਕੇ ਨਾਲ ਕਿੰਤੂ ਕਰ ਸਕਦੇ ਹੋ। ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਚਿੱਠੀਆਂ ਲਿਖਦੇ ਹੀ ਰਹਿਣਾ, ਤੁਸੀਂ ਉੱਤਰ ਦਿੰਦੇ ਜਾਂ ਨਹੀਂ ਦਿੰਦੇ, ਮੈਂ ਵੀ ਸੰਵਿਧਾਨਕ ਪੋਸਟ ਦੇ ਉੱਤੇ ਬੈਠਾ। ਸੋ ਇਹ ਜਿਹੜੀ ਸ਼ਬਦਕ ਜੰਗ ਚੱਲਦੀ ਆ, ਇਹਦੇ ਵਿੱਚ ਹੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਉਹਨਾਂ ਬਿੱਲਾਂ ਦੇ ਉੱਤੇ ਘੁੱਗੀ ਮਾਰਨ ਦੀ ਹਾਲੇ ਤੱਕ ਸੰਭਾਵਨਾ ਕੋਈ ਨਹੀਂ ਨਜ਼ਰ ਆ ਰਹੀ। ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਹੀ ਸੀ ਵੀ ਵਿਧਾਨ ਸਭਾ ਦੇ ਵਿੱਚ ਬਿੱਲ ਤਾਂ ਪਾਸ ਕਰ ਦੇਣਾ, ਚਲੋ ਬਹੁਤ ਵਧੀਆ ਗੱਲ ਆ, ਵੱਖ ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਣੀ, ਚਲੋ ਬਹੁਤ ਵਧੀਆ ਗੱਲ ਆ, ਪਰ ਜਿੰਨੀ ਦੇਰ ਤੱਕ ਵਿਧਾਨ ਸਭਾ ਦੇ ਵਿੱਚ ਪਾਸ ਹੋਏ ਬਿੱਲਾਂ ਦੇ ਉੱਤੇ ਰਾਜਪਾਲ ਸਾਹਿਬ ਦਸਤਖਤ ਨਹੀਂ ਕਰਦੇ, ਇਹ ਪ੍ਰਕਿਰਿਆ ਅਮਲੀ ਤੌਰ ਦੇ ਉੱਤੇ ਲਾਗੂ ਨਹੀਂ ਹੁੰਦੀ, ਇਹ ਖਬਰ ਹੀ ਰਹਿ ਜਾਂਦੀ ਆ। ਤੁਸੀਂ ਦੇਖੋ ਵੀ ਪੱਛਮੀ ਬੰਗਾਲ ਦੇ ਵਿੱਚ ਵੀ ਤਾਂ ਇਸ ਤਰੀਕੇ ਦਾ ਉਪਰਾਲਾ ਕੀਤਾ ਗਿਆ ਸੀ ਵੀ ਪੱਛਮੀ ਬੰਗਾਲ ਦੇ ਵਿੱਚ ਵੀ ਗੱਲਾਂ ਬਾਤਾਂ ਕਈ ਹੋਈਆਂ ਸੀ ਵੀ ਭਾਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਿਹੜੇ ਉਹ ਮੁੱਖ ਮੰਤਰੀ ਦੇ ਵੱਲੋਂ ਲਾਏ ਜਾਇਆ ਕਰਨ, ਉਹਦੇ ਵਿੱਚ ਰਾਜਪਾਲ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ, ਪਰ ਉਹ ਮਾਮਲਾ ਕਿੱਥੇ ਗਿਆ? ਹਵਾ ਹੋ ਗਿਆ। ਤੁਸੀਂ ਕੇਰਲ ਦੀ ਗੱਲ ਕਰ ਲਓ, ਮਾਮਲਾ ਹਵਾ ਹੋ ਗਿਆ। ਤੁਸੀਂ ਗੱਲ ਕਰ ਲਓ ਜੀ ਮਹਾਰਾਸ਼ਟਰ ਦੀ, ਉੱਥੇ ਵੀ ਲਿਆਂਦੀ ਸੀ ਜਿਹੜੇ ਉਧਵ ਠਾਕਰੇ ਹੋਰਾਂ ਨੇ ਇਸ ਬਿੱਲ ਨੂੰ ਲਿਆਂਦਾ ਸੀਗਾ ਵੀ ਭਾਈ ਵਾਈਸ ਚਾਂਸਲਰ ਸਾਡੇ ਵੱਲੋਂ ਲਾਏ ਜਾਇਆ ਕਰਨਗੇ, ਪਰ ਜਦੋਂ ਏਕਨਾਥ ਸ਼ਿੰਦੇ ਦੀ ਸਰਕਾਰ ਬਣੀ ਉਹਨਾਂ ਨੇ ਬਿੱਲ ਵਾਪਸ ਲੈ ਲਿਆ। ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ। ਪਹਿਲਾਂ ਇਸ ਰਿਪੋਰਟ ਦੇ ਉੱਤੇ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਨੂੰ ਜਲਦ
दस्तखत करन दे लई लिखी गई चिट्ठी का जवाब पंजाब दे गवर्नर बनवारी लाल पुरोहित ने दे दिता। गवर्नर बनवारी लाल पुरोहित ने 19-20 जून नूं सद्दे गए आम आदमी पार्टी दे विशेष सैशन नूं असंवैधानिक करार दिता है। उन्होंने कहा कि इन्हां दो दिन पास किए गए बिलों नूं कानून की उलंघना मनते हैं। राज्यपाल ने मुख्यमंत्री जवाब दिता कि 19-20 तरीक नूं बुलाया गया इजलास कानून के तहत नहीं सी, इहदे विच पास किए गए चारे बिल कानून की उलंघना ने। राज्यपाल ने कहा कि वह इस बारे देश के अटारनी जनरल की राय लैणगे, उस तो बाद ही वह पास किए गए बिलों के उत्ते फैसला लैणगे। जिक्रयोग है कि भगवंत मान ने राज्यपाल को चिट्ठी लिख के सिख गुरद्वारा एक्ट 1925 अमेंडमेंट एक्ट की मंजूरी की मांग की सी। राज्यपाल ने चार अहम गल्लां पंजाब के मुख्यमंत्री साहब नूं कहियां ने। उन्होंने कहा कि 15 जुलाई के तुहाडे पत्र के संदर्भ के विच तुहाडे खुद के दावे के नाल यह प्रतीत हुंदा है कि तुसी एक विशेष राजनीतिक परिवार के कुछ कम्मां तों चिंतित हो। तुसी मेरे वल्लों लै गए समय नूं पंजाब दे लोकां दी लोकतंत्रिक इच्छा दा गल घुटण दे समान दसना उचित समझिया। मामला तुहाडी निजी धारना दा प्रतीत हुंदा है, उहदे विच मैं होर कुछ नहीं कहना चाहुंदा। मैं कानूनी सलाह प्राप्त की है जिस विच मैनूं यकीन हो गया कि तुहाडे द्वारा 19-6-2023 ते 20-6-2023 नूं संविधान नूं विधानसभा दे विच सैशन बुलाउणा जिहदे विच चार बिल ये पास किए गए सन ये कानून की उलंघना सी। प्राप्त कानूनी सलाह दे आधार दे उत्ते मैं इस गल के उत्ते विचार कर रहा कि की भारत के अटारनी जनरल के नाल कानूनी राय प्राप्त की जाए। संविधान के मुताबिक इन बिलों नूं भारत के राष्ट्रपति के विचार से सहमति दे लई राखवां किया जाए। मुख्यमंत्री के रूप के तुसी भी इस गल की शलाघा करो कि भाई असी सब कुछ कानून के दायरे के रह के कर रहे हाँ। सो जिहड़े बिल पास किए गए सन उहदे विच RDF ना देने दे उत्ते यह गल कही गई सी कि यह बिल साडे क्यों नहीं फंड क्यों नहीं जारी हो रहा है। इस तों इलावा यूनीवर्सिटियां दे वाइस चांसलर की गल, DGP की गल, तो सारे ही TV चैनलों के उत्ते गुरबाणी का सीधा प्रसारण होवे ਇਹ ਵੱਖ ਵੱਖ ਬਿੱਲ ਦੇ ਰੂਪ ਦੇ ਵਿੱਚ ਗੱਲ ਸਾਹਮਣੇ ਲਿਆਂਦੀ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਮਾਮਲਾ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਾਨੂੰਨੀ ਲੜਾਈ ਦਾ ਰੂਪ ਵੀ ਅਖਤਿਆਰ ਕਰਕੇ ਸ਼ਾਇਦ ਇਹ ਵਕਤ ਬਿਆਨ ਕਰੂਗਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਰਾਜਪਾਲ ਵੱਲੋਂ ਦਿੱਤੇ ਗਏ ਉੱਤਰ ਦੇ ਉੱਤੇ ਹਾਲੇ ਤੱਕ ਟਿੱਪਣੀ ਨਹੀਂ ਕੀਤੀ ਗਈ, ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਜੀ ਕਿ ਇਹ ਟਿੱਪਣੀ ਕੀਤੀ ਜਾਵੇਗੀ। ਆਉਂਦੇ ਸਮੇਂ ਦੇ ਵਿੱਚ ਵੀ ਇਹ ਮਾਮਲਾ ਰੇੜਕਾ ਇਹ ਮੁੱਕਣਾ ਨਹੀਂ, ਕਿਉਂਕਿ ਰੇੜਕਾ ਇਹ ਪਹਿਲੇ ਦਿਨ ਤੋਂ ਚੱਲ ਰਿਹਾ। ਤੁਸੀਂ ਇਹ ਦੇਖੋ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਦੋ ਸੂਬਿਆਂ ਦੇ ਵਿੱਚ ਹੈ। ਦੋ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਥਾਂ ਦੇ ਉੱਤੇ ਉਪ ਰਾਜਪਾਲ ਦੇ ਨਾਲ, ਇੱਕ ਥਾਂ ਦੇ ਉੱਤੇ ਰਾਜਪਾਲ ਦੇ ਨਾਲ ਰੇੜਕਾ ਚੱਲਦਾ। ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਜਿੱਥੇ ਜਿੱਥੇ BJP ਦੀ ਸਰਕਾਰ ਨਹੀਂ ਜਾਂ ਇਹਨਾਂ ਦੀ ਹਮਾਇਤ ਵਾਲੀ ਸਰਕਾਰ ਨਹੀਂ, ਉੱਥੇ ਉੱਥੇ ਸੂਬਾਈ ਸਰਕਾਰਾਂ ਦੇ ਕੰਮਕਾਜ ਦੇ ਵਿੱਚ ਜ਼ਬਰਦਸਤੀ ਦਖਲ ਦਿੱਤਾ ਜਾਂਦਾ, ਅੜਿੱਕਾ ਡਾਹਿਆ ਜਾਂਦਾ, ਕੰਮ ਕਰਨ ਦੀ ਖੁੱਲ੍ਹ ਨਹੀਂ ਮਿਲਦੀਗੀ। ਅਤੇ ਉੱਧਰੋਂ BJP ਇਹ ਗੱਲ ਕਹਿੰਦੀ ਜੀ ਕਿ ਤੁਸੀਂ ਕਰਦੇ ਹੀ ਸਾਰਾ ਕੁਝ ਗੈਰ ਸੰਵਿਧਾਨਕ ਆ। ਰਾਜਪਾਲ ਸਾਹਿਬ ਇਹ ਗੱਲ ਕਹਿੰਦੇ ਵੀ ਤੁਹਾਡੇ ਵੱਲੋਂ ਜੋ ਕੰਮ ਕੀਤੇ ਜਾਂਦੇ ਆ ਉਹ ਸਿਰਫ ਆਪਣੇ ਨਿੱਜੀ ਪੂਰਤੀ ਦੇ ਲਈ ਜਾਂ ਵਾਹ ਵਾਹ ਦੇ ਲਈ ਕੀਤੇ ਜਾਂਦੇ ਆ, ਇਹਦੇ ਵਿੱਚ ਲੋਕ ਪੱਖੀ ਗੱਲ ਕੋਈ ਨਹੀਂ ਹੁੰਦੀ। ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਇਸ ਵਕਤ ਬੜੇ ਵੱਡੇ ਪੱਧਰ 'ਤੇ ਮੁੱਦਾ ਚੁੱਕਿਆ ਗਿਆ ਵੀ ਲਓ ਪਾਸ ਕਰਵਾ ਲਓ ਬਿੱਲ, ਲਓ ਕਰਵਾ ਲਓ ਸਾਈਨ। ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਇੱਕ ਮਹੱਤਵਪੂਰਨ ਗੱਲ ਕਹੀ ਆ। ਉਹਨਾਂ ਨੇ ਕਿਹਾ ਕਿ ਜੋ ਪਿਛਲੇ ਦਿਨੀ ਸੈਸ਼ਨ ਹੋਇਆ ਸੀ ਦੋ ਦਿਨ ਦਾ, ਇਹ ਸਿਰਫ ਅਤੇ ਸਿਰਫ ਸੱਤਾਧਾਰੀ ਧਿਰ ਦੇ ਵੱਲੋਂ ਵਾਹ ਵਾਹ ਖੱਟਣ ਦੇ ਲਈ ਇਹ ਕਰਵਾਇਆ ਗਿਆ ਸੀ, ਅਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣਾ YouTube ਚੈਨਲ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਬਹੁਤ ਸ਼ਲਾਘਾਯੋਗ ਫੈਸਲਾ, ਅਤੇ ਅਸੀਂ ਇਹਦੇ ਪੱਖ ਦੇ ਵਿੱਚ ਆ, ਇਹ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਸ਼ੁਰੂ, ਪਰ ਹੁਣ ਕੀਤਾ ਜਾ ਰਿਹਾ 24 ਤਰੀਕ ਤੋਂ। ਇਹ ਇੱਕ ਬਹੁਤ ਵੱਡਮੁੱਲਾ ਅਤੇ ਵਧੀਆ ਫੈਸਲਾ ਹੈਗਾ।